ਜਿਹੜਾ ਮੇਰਾ ਕੈਰੇਕਟਰ ਹੈ ਮੂਵੀ 'ਚ, ਉਹ ਤਾਂ ਇੱਕ ਪਰਫੈਕਟ ਐਗਜ਼ਾਮਪਲ ਹੈ। ਮੈਂ ਦੇਖ ਦੇਖ ਕੇ ਇਨਸਪਾਇਰ ਹੋਇਆ ਟੂ ਰੀਅਲ ਲਾਈਫ ਓਕੇ ਤਾਂ ਠੀਕ ਹੈ, ਸਾਰਿਆਂ ਨੂੰ ਲੱਗਣਾ ਚਾਹੀਦਾ। ਲਵ ਇਜ਼ ਮਾਈ ਰਿਲੀਜੀਅਨ, ਮੈਂ ਹਿਊਮੈਨਿਟੀਜ਼ ਰਿਲੀਜੀਅਨ। ਰੀਇਨਵੈਂਟ ਕਰਦਾ ਰਹੇ ਨਾ ਬੰਦਾ, ਅਮੇਜ਼ਿੰਗ। ਪਿਆਰ ਹੋਰ ਕੁਛ ਨਹੀਂ ਹੈ, ਇੱਕ ਅੰਡਰਸਟੈਂਡਿੰਗ ਤੇ ਐਫਰਟ ਹੀ ਆ। ਤੁਸੀਂ ਐਫਰਟ ਪਾਉਂਦੇ ਰਹੋਗੇ ਤਾਂ ਕਦੇ ਬੋਰਿੰਗ ਕੁਛ ਨਹੀਂ ਲੱਗੂਗਾ। ਵਿਲ ਪੀਪਲ ਕ੍ਰਾਈ? ਐਬਸੋਲੂਟਲੀ, ਐਬਸੋਲੂਟਲੀ, 100%। ਲੋਕੀ ਇਹ ਇੱਕ ਚੀਜ਼ ਜ਼ਰੂਰ ਸਿੱਖਣਗੇ, ਦੈਟ ਟੂ ਨੈਵਰ ਗਿਵ ਅਪ। ਅੱਗੇ ਪਰਫਾਰਮ ਕਰਨ ਲੱਗੇ ਉਹਦੇ ਮਨ ਪੜ ਗਿਆ, ਉਹ ਇਦਾਂ ਨਹੀਂ ਕਰਨਾ ਜਿਵੇਂ ਤੂੰ ਸੋਚ ਰਿਹਾ। Hey guys, welcome to Hits Cafe. ਅੱਜ ਹਿਟਸ ਕੈਫੇ 'ਤੇ ਨਾ ਰੱਬ ਦੀ ਮਿਹਰ ਹੋਈ ਹੈ, ਪਤਾ ਕਿਉਂ? ਕਿਉਂਕਿ ਟੂਡੇ ਵੀ ਹੈਵ ਦ ਸਟਾਰ ਕਾਸਟ ਆਫ ਰੱਬ ਦੀ ਮਿਹਰ, ਅਜੇ ਸਰਕਾਰੀਆ ਐਂਡ ਕਸ਼ਿਸ਼। ਹਾਏ, ਹਾਉ ਆਰ ਯੂ? ਹੈਲੋ, ਥੈਂਕ ਯੂ ਫੋਰ ਹੈਵਿੰਗ ਅਸ। ਕੰਗਰੈਚੁਲੇਸ਼ਨਸ ਫੋਰ ਦੀ ਮੂਵੀ, ਹੈ ਨਾ? ਇਹ ਮੂਵੀ ਬੜੀ ਸੁਪਰ ਡੁਪਰ ਹਿੱਟ ਹੋਣ ਵਾਲੀ ਹੈ, ਹੈ ਨਾ? ਕਿਉਂਕਿ ਇੰਨੇ ਸੋਹਣੇ ਲੋਕ, ਇੰਨੇ ਸੋਹਣੇ ਐਕਟਰਸ। ਵਾਂਸ ਅਗੇਨ ਕੰਗਰੈਚੁਲੇਸ਼ਨਸ। ਸੋ ਟੂ ਬਿਗਿਨ ਵਿਦ, ਹੈ ਨਾ, ਮੈਂ ਪੁੱਛਣਾ ਚਾਹਾਂਗੀ ਕਿ ਹਾਉ ਯੂ ਡਿਫਾਈਨ ਦੀ, ਹੈ ਨਾ, ਫਰੇਜ਼ ਰੱਬ ਦੀ ਮਿਹਰ? ਇਹ ਦੋ ਚੀਜ਼ਾਂ ਜੀ, ਦੇਖੋ, ਇੱਕ ਤੇ ਰੱਬ ਦੀ ਮਿਹਰ ਦਾ ਟਾਈਟਲ ਇਟਸੈਲਫ ਦੱਸਦਾ ਹੈ ਕਿ ਵੀ ਸਟੋਰੀ ਐਡੀ ਖਾਸ ਹੈ ਸਾਡੀ ਦੇ ਰੱਬ ਦੀ ਮਿਹਰ ਤੇ ਉੱਤੇ ਹੋਣੀ ਹੈ। ਦੂਜੀ, ਕੈਰੈਕਟਰਸ ਦੇ ਨਾਮ ਤੋਂ ਵੀ ਇਹ ਟਾਈਟਲ ਆਇਆ। ਮੇਰੇ ਕੈਰੈਕਟਰ ਨਾਲ ਰੱਬਦੀਪ ਹੈ, ਓਕੇ, ਇਹ ਮਿਹਰ ਹੈ। ਸੋ ਇਹ ਲਵ ਸਟੋਰੀ ਨੂੰ ਵੀ ਦਰਸਾਉਂਦਾ ਹੈ, ਰੱਬ ਦੀ ਮਿਹਰ। ਰੱਬ ਦੀ ਮਿਹਰ। ਐਂਡ ਜੇ ਆਪਾਂ ਗੱਲ ਕਰੀਏ ਤੁਹਾਡੀ ਪਰਸਨਲ ਲਾਈਫ 'ਚ, ਹੈ ਨਾ, ਵਾਟ ਇਟ ਡਿਫਾਈਨਸ, ਕੀ ਹੈ ਤੁਹਾਡੇ ਲਈ ਰੱਬ ਦੀ ਮਿਹਰ? ਰੱਬ ਦੀ ਮਿਹਰ ਉਹ ਹੀ ਹੋਗੀ ਜਦੋਂ ਮੈਂ ਆਪਣੇ ਪੇਰੈਂਟਸ ਦੇ ਘਰ ਪੈਦਾ ਹੋਇਆ ਸੀ। ਓ ਵਾਓ, ਅਮੇਜ਼ਿੰਗ। ਐਂਡ ਫੋਰ ਯੂ ਮਿਹਰ? ਰੱਬ ਦੀ ਮਿਹਰ ਦੈਟ ਗੋਡ ਹੈਜ਼ ਗਿਵਨ ਮੀ ਬਰਥ, ਆਈ ਥਿੰਕ। ਰੱਬ ਦੀ ਮਿਹਰ, ਲਾਈਫ ਇਜ਼, ਮੇਰਾ ਦਿਲ ਕਰ ਰਿਹਾ ਮਿਹਰ ਬੋਲਣ ਦਾ, ਹੈ ਨਾ। ਹਾਂਜੀ, ਪਲੀਜ਼ ਪਲੀਜ਼, ਯੂ ਆਰ ਵੈਰੀ ਬਿਊਟੀਫੁਲ, ਹੈ ਨਾ, ਤੁਸੀਂ ਤਾਂ ਚਲੋ ਜੀ, ਸੁਣ ਸੁਣ ਮੇਰਾ ਤਾਂ ਵੈਸੇ ਤੇ ਸਾਥ ਆ ਇਧਰ ਤਰੀ ਤਰੂ ਕਰਕੇ, ਤੁਹਾਡਾ ਤਾਂ ਚਲੋ ਪਤਾ ਹੀ, ਤੁਹਾਡਾ ਤਾਂ ਚਲੋ ਪਤਾ ਹੀ ਹੈ ਤੁਸੀਂ ਸੁਣ ਰਹੇ ਹੋ ਨਾ। ਨਹੀਂ ਨਹੀਂ, ਯੂ ਗਾਈਜ਼ ਆਰ ਅਮੇਜ਼ਿੰਗ, ਅਮੇਜ਼ਿੰਗ ਐਕਟਰਸ, ਹੈ ਨਾ। ਆਪਾਂ ਟ੍ਰੇਲਰ ਦੇਖਿਆ, ਇਟਸ ਅਮੇਜ਼ਿੰਗ। ਸੋ ਇਹ ਸਾਡੀ ਗੇਮ ਹੈ, ਹੈ ਨਾ, ਰਿਸਕੀ ਟਾਵਰ। ਇਹਦੇ ਵਿੱਚ ਜਿਹੜੇ ਵੀ ਕੁਐਸਚਨਸ ਹੈ ਉਹਨਾਂ ਨੂੰ ਆਪਾਂ ਆਨਸਰ ਕਰਨਾ ਹੈ। ਕਰੀਏ ਫਿਰ ਸ਼ੁਰੂ ਜੀ। ਪਿਆਰੀ, ਤੁਸੀਂ ਦੂਸਰੀ ਵਾਰੀ ਖੇਡ ਰਹੇ ਹੋ? ਮੈਂ ਦੂਜੀ ਵਾਰ ਖੇਡ ਰਿਹਾ। ਚਲੋ ਜੀ, ਮੈਂ ਸਟਾਰਟ ਔਰ ਐਟ ਦ ਸਟਾਰਟ? ਤੁਸੀਂ ਕਰ ਲਓ ਸਟਾਰਟ। ਤੁਸੀਂ ਪਹਿਲੀ ਵਾਰ ਖੇਡ ਰਹੇ, ਤੁਸੀਂ ਕਰੋ। ਔਰੇਂਜ, ਓਕੇ, ਲੈਟ ਮੀ ਹੈਲਪ ਯੂ। ਯਾਰ ਵਿੱਚੋਂ ਕੱਢਣਾ ਸੀ, ਕੋਈ ਜ਼ਿਆਦਾ ਰਿਸਕੀ ਹੋ ਜਾਣਾ, ਕਿਉਂ ਨਹੀਂ ਕੱਢ ਸਕਦਾ? ਓਕੇ, ਫਰਸਟ ਨਾਈਟ ਆਊਟ ਇਨ ਯੂਰ ਚਾਈਲਡਹੁੱਡ? ਫਰਸਟ ਨਾਈਟ ਆਊਟ ਇਨ ਮਾਈ ਚਾਈਲਡਹੁੱਡ, ਸਕੂਲ ਫਰੈਂਡ, ਸਕੂਲ ਫਰੈਂਡ ਦੇ ਘਰੇ ਆ। ਆਈ ਰਿਮੈਂਬਰ ਮੈਂ ਮੰਮੀ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ, ਆਈ ਵਾਜ਼ ਵੈਰੀ ਪ੍ਰੋਟੈਕਟਿਵ ਚਾਈਲਡ, ਮੈਨੂੰ ਜਾਣ ਨਹੀਂ ਦਿੰਦੇ ਸੀ ਕਿਤੇ ਵੀ, ਘਰੇ ਰਹਿਣਾ ਘਰੇ ਰਹਿਣਾ। ਤੇ ਮੈਂ ਮੰਮੀ ਨੂੰ ਬੜਾ ਪਟਾਇਆ, ਮੇਰੇ ਡੈਡ ਥੋੜੇ ਸਟ੍ਰਿਕਟ ਸੀਗੇ। ਓਕੇ, ਮੰਮੀ ਕਹਿੰਦੀ ਚੱਲ ਫਿਰ, ਦੈਨ ਮਾਈ ਚਾਈਲਡਹੁੱਡ ਫਰੈਂਡ ਆ। ਏਦਾਂ ਕੋਈ ਲਾਈਕ ਸ਼ਰਾਰਤ ਜਾਂ? ਸ਼ਰਾਰਤ ਕੁਛ ਨਹੀਂ, ਵੀਵਰ ਬਹੁਤ ਸਮੇਂ ਸੀ, ਮੈਂ ਬਹੁਤ ਸ਼ਾਇ ਚਾਈਲਡ ਸੀਗੀ। ਓਕੇ, ਤੇ ਮੈਂ ਆਪ ਹੀ ਇੰਨੀ ਸਮਝਦਾਰ ਸੀਗੀ, ਤੇ ਅਸੀਂ ਰੂਮ 'ਚ ਬਹਿ ਕੇ ਆਪਾਂ ਗੱਲਾਂ ਕਰ ਰਹੀ ਸੀ। ਬੜਾ ਸੋਫਿਸਟੀਕੇਟਿਡ, ਬੜਾ ਨਹੀਂ ਨਹੀਂ ਸੱਚੀ, ਮੇਰਾ ਨਾਈਟ ਆਊਟ ਏਦਾਂ ਹੀ ਸੀਗਾ ਪਹਿਲਾਂ। ਹਾਂ, ਹਜੇ ਵਾਮਾ ਪੂਰੀ? ਹਾਂ, ਨਹੀਂ ਨਹੀਂ, ਮੈਂ ਸੱਚੀ ਦੱਸਿਆ। ਚਲੋ ਠੀਕ ਹੈ, ਤੁਹਾਡੀ ਚਲੋ। ਯੈਲੋ, ਓਕੇ, ਤੁਹਾਨੂੰ ਕੱਢਾਂਗੇ, ਤੁਹਾਡੇ ਲਈ ਰਿਸਕੀ ਆ ਗਿਆ ਬੜਾ, ਅਮੇਜ਼ਿੰਗ। ਓਕੇ, ਅੱਛਾ, ਸੋਰੀ, ਓਕੇ। Gift received or sent it to someone, oh, keda, like, sab to luxury ya important gift keda rahe hai, jo thonu mile hai ya tusi ditta hai? Luxury. Main apne aap nu gift kita si first movie to baad. Okay, ki gift? Main bike liya si. Okay. Oh, mere liye, mera like dream bike si ga, jeda main liya si. That was after my debut. Oh, amazing. Oh, haje bhi hai ga? Haje bhi hai ga, woh mere ko rahega hamesha. Amazing. Chalo, thodi. ਕਿਹੜੀ ਚੀਜ਼ ਸਭ ਕੋਲ ਹੁੰਦੀ ਹੈ ਬਟ ਉਹ ਲੁਕੋ ਕੇ ਰੱਖਦੇ ਆ? ਮਟੀਰੀਅਲਿਸਟਿਕ, ਮਟੀਰੀਅਲਿਸਟਿਕ ਹੀ ਬੋਲਣੀ ਤੁਸੀਂ ਆਪਣੀ ਲਾਈਫ ਤੋਂ ਰਿਲੇਟ, ਲਾਈਕ ਤੁਹਾਡੇ ਕੋਲ ਉਹ ਚੀਜ਼ ਮਟੀਰੀਅਲਿਸਟਿਕ ਤੋਂ ਇਲਾਵਾ ਵੀ ਬੋਲ ਸਕਦੇ ਆ? ਫੀਲਿੰਗਸ, ਲੁਕੋ ਕੇ ਰੱਖਣੀ ਹੈ ਫੀਲਿੰਗਸ, ਬਟ ਵਾਈ? ਬਹੁਤ ਲੋਕੀ ਰੱਖਦੇ ਨੇ, ਬਟ ਇਦਾਂ ਉਹ ਬਹੁਤ ਉਹ ਨਹੀਂ, ਮਤਲਬ ਯੂ ਕੈਨਟ ਐਕਸਪ੍ਰੈਸ, ਜਿਵੇਂ ਡਿਫਰੈਂਟ ਡਿਫਰੈਂਟ ਉਹ ਐਕਟਿਵਲੀ ਬਚਾ ਕੇ ਰੱਖਦੇ ਨੇ ਨਾ, ਤਰੀਕੇ ਦੇ ਲੋਕ ਹੁੰਦੇ ਨੇ ਨਾ, ਦੈਟ ਯੂ ਡੋਨਟ ਐਕਸਪ੍ਰੈਸ ਹੁੰਦੀ ਤਾਂ, ਜਿਵੇਂ ਮੈਂ ਬੜੇ ਲੋਕਾਂ ਨੂੰ ਆਪਣੀ ਲਾਈਫ 'ਚ ਮਿਲੀ ਹਾਂ, ਲੋਕੀ ਕਹਿੰਦੇ ਨੇ ਬੜੇ ਸਟੋਨ ਹਾਰਟਿਡ ਨੇ, ਬੜਾ ਯੂ نو ਪੋਕਰ ਫੇਸ ਦਿਸ ਦੈਟ, ਬਟ ਆਈ ਹੈਵ ਸੀਨ ਦ ਡਿਫਰੈਂਟ ਸਾਈਡ ਆਲਸੋ, ਮੈਨੂੰ ਲੱਗਦਾ। ਬਟ ਤੁਹਾਨੂੰ ਬਰਡਨ ਨਹੀਂ ਫੀਲ ਹੁੰਦਾ ਫਿਰ ਕਿ ਇਦਾਂ? ਮੈਂ ਆਪਣੀ ਗੱਲ ਨਹੀਂ ਕਰ ਰਹੀ, ਮੈਂ ਕਹਿ ਰਹੀ ਲੋਕਾਂ ਕੋਲ ਹੁੰਦੀਆਂ ਨੇ, ਲੋਕਾਂ ਕੋਲ ਉਹ ਤੁਹਾਡਾ ਪੁੱਛ ਰਹੇ ਆ। ਅੱਛਾ, ਮੇਰਾ ਪੁੱਛ ਰਹੇ ਹੋ ਕਿਹੜੀ ਚੀਜ਼, ਕਿਹੜੀ ਚੀਜ਼ ਤੁਹਾਡੇ ਕੋਲ ਹੈ ਬਟ
मेरे को जी मैं लुको के रख दिया मेरे को एक डॉल हुंदी सी ओके मैं मेरे को हुने भी वो डॉल आ बट नाउ आई एम मैं लगदा किसी लोकी मजाक बनाणगे जे मैं ते आई हैव दैट डॉल स्टिल आई आए दैट इज समथिंग मैं किसी नु दिखा नहीं सकदी मैं अपनी मम्मी को छुपा के रख दी अच्छा वी कहंदे बस हो गया हुन एंड स्टिल सेट दे इट इज इंपॉर्टेंट मेरे कोल आ या इट इज इंपॉर्टेंट हां जी चलो ऑरेंज Very tough. okay. Okay. जीनी ने थोड़ी दो blessings पूरियां करनी है. जीनी ने. जीनी. जीनी. ओ केड़ियां होंगीयां. दो blessings. एक ते 22 सितंबर नो फिल्म आ रही रब दी मेर. हाँ. तो ते रब दी मेर हो जी. Okay. जो कि हो जानी है. ओ सही कहा. Starting ची क्या सी? ते दूजी दूजी ऐसा मेरे तो कभी भी कुछ ना लाइक मैं कभी ना करा मतलब जीनी ऐदा होन ना दे जितना लेट डाउन माय पेरेंट्स अच्छा जे आप गल करी है ना थोड़े करैक्टर्स दी एंड इन रियल योरसेल्फ हाउ यू रिलेट कि अजय किदा दे हैं या है ना थोड़ा करैक्टर जेड़ा मूवी विच है देखो जेड़ा मेरा करैक्टर है मूवी विच ओ तो एक परफेक्ट एग्जांपल है हर कुड़ी चाहूगी मेरा बॉयफ्रेंड इदां दा होवे हर मदर चाहूगी मेरा सन इदां दा होए हर सिस्टर चाहूगी ब्रदर इदां दा होए ओ इज वेरी लवेबल गाय मैं इन्ना परफेक्ट नहीं है जो कि ट्राई करता रहना कि हो जा ते आ डिफरेंस है साडे फिर तुसी सिखिया कि मैं इदां बनना है मैं देख देख के इंस्पायर हो रियल लाइफ के इदां ठीक है सारे नु लगना चाहिए ओके बट है ना करैक्टर तो बाद एक इमेज बन जांदी है ना एक्टर दी तो ਤੁਸੀਂ ਐਕਸਪੈਕਟ ਕਰ ਮੇਰੀ ਤਾਂ ਫਰਸਟ ਫਿਲਮ ਤੋਂ ਬਾਅਦ ਹੀ ਬੜੀ ਸਟਰੋਂਗ ਬਣ ਗਈ ਸੀਗੀ ਮੈਂ ਕੈਰੈਕਟਰ ਰਿੰਕੂ ਬੰਸਲ ਕੀਤਾ ਸੀ ਹੜਮ ਮਟਿਆਰਾਂ 'ਚ ਅਤੇ ਬੜੇ ਲੋਕ ਮਿਲਦੇ ਹੁੰਦੇ ਸੀਗੇ ਲੋਕ ਸੱਚੀ ਸੋਚਦੇ ਸੀਗੇ ਕਿ ਵੀ ਮੈਂ ਹਿੰਦੂ ਹਾਂ ਵਿੱਚ ਇਸ ਕਿ ਉਹ ਕੈਰੈਕਟਰ ਦੇਖਦੇ ਤਾਂ ਤੁਸੀਂ ਜਿਵੇਂ ਕਹਿ ਰਹੇ ਨਾ ਕੈਰੈਕਟਰ ਤੋਂ ਹੋ ਜਾਂਦਾ ਅਤੇ ਕੱਲ੍ਹ ਨੂੰ ਆਈ ਰੀਅਲੀ ਵਾਂਟ ਕੱਲ੍ਹ ਨੂੰ ਮੈਂ ਕੋਈ ਹੋਰ ਰਿਲੀਜਨ ਦਾ ਪਲੇ ਕਰਾਂ ਤਾਂ ਲੋਕ ਸਮਝਣ ਲੱਗ ਜਾਣੇ ਉਹੀ ਹੈ ਸੋ ਇੱਕ ਕੰਪਲੀਮੈਂਟ ਹੈ ਨਾ ਕਿ ਰੀਅਲਿਸਟਿਕ ਤੁਸੀਂ ਲੋਕਾਂ ਨੂੰ ਉਹ ਚੀਜ਼ ਦਿਖਾ ਨਹੀਂ ਪਾ ਰਹੇ ਕਿ ਆਪਾਂ ਹੈਗੇ ਹਾਂ ਉਹ ਰੀਅਲ ਹੈ ਨਾ ਦੇ ਰਿਲੇਟਿਵ ਕਰੈਕਟਰ ਮਹਿਰ ਜੀ ਤੁਹਾਡੀ ਗੱਲ ਕਰੀਏ ਮਹਿਰ ਐਂਡ ਕਸ਼ਿਸ਼ ਪੱਕੇ ਮਹਿਰ ਪਾਤਨ ਨਹੀਂ ਮੈਂ ਮੇਰਾ ਕੈਰੈਕਟਰ ਤੇ ਮੈਂ ਬਹੁਤ ਸਿਮਿਲਰ ਆ ਓਨੈਸਟਲੀ ਅਸੀਂ ਬਹੁਤ ਜ਼ਿਆਦਾ ਸਿਮਿਲਰ ਆ ਮਤਲਬ ਜਿਵੇਂ ਮੈਂ ਆਪ ਮੈਨੂੰ ਲੱਗਦਾ ਫੋਰ ਮੀ ਲਵ ਇਜ਼ ਮਾਈ ਰਿਲੀਜਨ ਮੈਂ ਹਿਊਮੈਨਿਟੀ ਇਜ਼ ਰਿਲੀਜਨ ਤਾਂ ਮੈਂ ਕਿਸੇ ਪਰਟੀਕੁਲਰ ਰਿਲੀਜਨ 'ਚ ਓਨੈਸਟਲੀ ਬਿਲੀਵ ਨਹੀਂ ਕਰਦੀ ਮਹਿਰ ਇਜ਼ ਇੱਕ ਉਹ ਮੁਸਲਮਾਨ ਕੁੜੀ ਹੋ ਕੇ ਗੁਰਦੁਆਰੇ ਜਾਂਦੀ ਆ ਤਾਂ ਬੜਾ ਸਿਮਿਲਰ ਜਿਹਾ ਕੈਰੈਕਟਰ ਹੈ ਸਾਰਿਆਂ ਦੀ ਇੱਜ਼ਤ ਕਰਦੀ ਆ ਵੈਰੀ ਲਵੇਬਲ ਗਰਲ ਲੱਗਦਾ ਮੈਂ ਉਦਾਂ ਦੀ ਹਾਂ ਮਤਲਬ ਜੋ ਹੈ ਉਹ ਐਫਰਟਸ ਲੱਗੇ ਫਿਰ ਜ਼ਿਆਦਾ ਕਰੈਕਟਰ ਮੈਨੂੰ ਨਹੀਂ ਲੱਗੇ ਮਤਲਬ ਮੈਂ ਯਾ ਇਹ ਰਾਈਟਰ ਹੈ ਮੂਵੀ ਆਈ ਐਮ ਅਮੇਜ਼ਿੰਗ ਹਾਂਜੀ ਤੇ ਵੈਨ ਆਈ ਵਾਸ ਰਾਈਟਿੰਗ ਉਹ ਕਹਿੰਦੇ ਨੇ ਨਾ ਹਰ ਕੈਰੈਕਟਰ 'ਚ ਹਰ ਐਕਟਰ ਦਾ ਇੱਕ ਅਕਸ ਹੁੰਦਾ ਤੁਸੀਂ ਚਾਹੇ ਕਿੱਦਾਂ ਦਾ ਵੀ ਕੈਰੈਕਟਰ ਕਰ ਲਿਓ ਚਾਹੇ ਉਹ ਤੁਹਾਡੀ ਪਰਸਨੈਲਿਟੀ ਤੋਂ ਬਿਲਕੁਲ ਡਿਫਰੈਂਟ ਹੋਵੇ ਪਰ ਤੁਹਾਡਾ ਇੱਕ ਅਕਸ ਹਮੇਸ਼ਾ ਹੁੰਦਾ ਹੀ ਆ ਬਟ ਇਹਦੇ 'ਤੇ ਤਾਂ ਜਿਹੜੇ ਲੋਕ ਮੈਨੂੰ ਪਰਸਨਲੀ ਜਾਣਦੇ ਨੇ ਉਹ ਪੱਕਾ ਬੋਲਣ ਵਾਲੇ ਨੇ ਦੈਟ ਯੂ ਆਰ ਦਿਸ ਗਰਲ ਤੁਸੀਂ ਬਟ ਜਿੱਦਾਂ ਹੈ ਨਾ ਅਜੇ ਦੱਸ ਰਹੇ ਕਿ ਤੁਸੀਂ ਲਿਖੀ ਵੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਰੱਖ ਕੇ ਉਹ ਕੈਰੈਕਟਰ ਬਿਲਡ ਕੀਤਾ ਜਾਂ ਨਹੀਂ ਮੈਂ ਆਪਣੇ ਆਪ ਨੂੰ ਰੱਖ ਕੇ ਨਹੀਂ ਕੀਤਾ ਸੀ ਪਰ ਹਾਂ ਕਿਉਂਕਿ ਥੋਟ ਮੇਰਾ ਇਮੋਸ਼ਨ ਮੇਰਾ ਤਾਂ ਜਦੋਂ ਲਿਖ ਰਹੀ ਸੀ ਤੇ ਮੈਂ ਸਾਰੇ ਕੈਰੈਕਟਰਸ ਦੀ ਲਾਈਫ ਲੀਡ ਕੀਤੀ ਆ ਵਾਈਲ ਰਾਈਟਿੰਗ ਤਾਂ ਮੇਰਾ ਅਕਸ ਤੁਹਾਨੂੰ ਹਰ ਕੈਰੈਕਟਰ 'ਚ ਕਈ ਕਿਤੇ ਨਾ ਕਿਤੇ ਲੱਭੂਗਾ ਸੋ ਮੇ ਬੀ ਦੈਟਸ ਦ ਰੀਜ਼ਨ ਬਟ ਹਾਂ ਬਹੁਤ ਆਈ ਐਮ ਵੈਰੀ ਕਿਊਰੀਅਸ ਹੈ ਨਾ ਕਿ ਇਹ ਜਾਣਨੇ ਕਿ ਕਿੱਦਾਂ ਰਾਈਟਿੰਗ ਪ੍ਰੋਸੈਸ ਕਿੱਦਾਂ ਰਹੀ ਤੁਹਾਡੀ ਰਾਈਟਿੰਗ ਪ੍ਰੋਸੈਸ ਬਹੁਤ ਵਧੀਆ ਰਹੀ ਓਨੈਸਟਲੀ ਮੈਂ ਰਾਈਟਿੰਗ ਲੋਕਡਾਊਨ 'ਚ ਬੜਾ ਵਿਹਲਾ ਟਾਈਮ ਸੀਗਾ ਸਾਰਿਆਂ ਕੋਲ ਫਸਟ ਮੂਵੀ ਹਾਂਜੀ ਡੈਬਿਊ ਪੰਜਾਬ ਕੰਗ੍ਰੈਚੁਲੇਸ਼ਨ ਥੈਂਕ ਯੂ ਤੇ ਰਾਈਟਿੰਗ ਮੈਂ ਉਦੋਂ ਸਟਾਰਟ ਕੀਤੀ ਸੀ ਮੈਨੂੰ ਨਹੀਂ ਪਤਾ ਕਿੱਦਾਂ ਦੀ ਰਾਈਟਿੰਗ ਮੈਂ ਮੇਰੇ ਦਿਲ 'ਚ ਜੋ ਆਇਆ ਮੈਂ ਲਿਖਤਾ ਐਂਡ ਫਿਰ ਮੈਂ ਲੋਕਾਂ ਨੂੰ ਸੁਣਾਈ ਤੇ ਐਵਰੀਬਡੀ ਅਪਰੀਸ਼ੀਏਟਡ ਦ ਸਟੋਰੀ ਐਂਡ ਦੈਨ ਇਸ ਕਹਾਣੀ ਨੇ ਬਣਨਾ ਸੀਗਾ ਐਂਡ ਪੀਪਲ ਹੈਡ ਟੂ ਵਾਚ ਇਟ ਯਾ ਅਮੇਜ਼ਿੰਗ ਆਈ ਐਮ ਵੇਟਿੰਗ ਫੋਰ ਦੀ ਮੂਵੀ ਜੇ ਆਪਾਂ ਗੱਲ ਕਰੀਏ ਹੈ ਨਾ ਕਿ ਅੱਜ ਕੱਲ੍ਹ ਲੋਕੀ ਬਹੁਤ ਘੱਟ ਇਸ ਚੀਜ਼ ਨੂੰ ਮੰਨਦੇ ਆ ਕਿ ਓਕੇ ਵੀ ਆ ਲਵ ਮੈਰਿਜਿਸ ਆਰ ਓਕੇ ਐਂਡ ਇਟਸ ਓਕੇ ਬਟ ਰਿਲੀਜਨ ਜਿਹੜਾ ਐਸਪੈਕਟ ਆ ਜਾਂਦਾ ਨਾ ਕਾਫੀ ਕਪਲਸ ਸੈਪਰੇਟ ਹੁੰਦੇ ਆ ਇਸ ਕਰਕੇ ਹੈ ਨਾ ਡੂ ਯੂ ਬਿਲੀਵ ਇਨ ਦਿਸ ਕਿ ਹਜੇ ਵੀ ਇਹ ਚੱਲ ਰਿਹਾ ਟ੍ਰੈਂਡ ਹੈਗਾ ਕਿਤੇ ਨਾ ਕਿਤੇ ਹੈਗਾ ਇਟਸ ਅਨਫੋਰਚੁਨੇਟ ਬਟ ਦੈਨ ਕਿਉਂਕਿ ਜਿਵੇਂ ਉਹ ਕਹਿੰਦੇ ਲਵ ਹੈਜ਼ ਨੋ ਲੈਂਗੁਏਜ ਕਿ ਲੈਂਗੁਏਜ ਨਹੀਂ ਹੈ ਰਿਲੀਜਨ ਵੀ ਨਹੀਂ ਹੈ ਕੋਈ ਸੋ ਕਈਆਂ ਦਾ ਹੈਗਾ ਮਾਈਂਡਸੈਟ ਹਜੇ ਵੀ ਬਟ ਹੌਲੀ ਹੌਲੀ ਪ੍ਰੋਗਰੈਸ ਪ੍ਰੋਗਰੈਸ਼ਨ ਵੱਲ ਤਾਂ ਜਾ ਹੀ ਰਹੇ ਸਾਰੇ ਇਹ ਮੂਵੀ ਲਾਈਕ
सिखाएगी लोगों नू, आई मीन की पेरेंट्स नू सिखाएगी। एक छोटा जो किस्सा आई शेयर, मैं ना कल इलांटे मॉल गई सी। ओके तो उत्थे साडा ट्रेलर अ कपल हैड सीन, तो मेरे को आए, आई वॉज विद माई मदर एंड वो मेरे को आए, कहिंदे तुसी ओही हो? मैं क्या हाँ जी। ਕਹਿੰਦੇ ਕਿ ਤੇ ਉਹ ਐਕਚੁਅਲੀ ਇੱਕ ਮੁੰਡਾ ਸਿੱਖ ਸੀਗਾ ਤੇ ਕੁੜੀ ਮੁਸਲਮਾਨ ਸੀਗੀ, ਤੇ ਕਹਿੰਦੇ ਸਾਡੇ ਘਰ ਵਾਲੇ ਮੰਨੇ ਨਹੀਂ ਸੀਗੇ, ਐਂਡ ਦੈਨ ਦੇ ਰੈਨ, ਉਹਨਾਂ ਨੇ ਸ਼ਾਦੀ ਵਿਆਹ ਕਰਾਇਆ ਤੇ ਨਾਓ ਦੇ ਆਰ ਹੈਪੀਲੀ ਮੈਰਿਡ, ਤੇ ਦੇ ਰੀਅਲੀ ਅਪਰੀਸ਼ੀਏਟਿਡ ਦ ਸਟੋਰੀ। ਕਹਿੰਦੇ ਇੱਦਾਂ ਦੀ ਕਹਾਣੀ ਬਣਨੀ ਚਾਹੀਦੀ, ਅਸੀਂ ਪਹਿਲਾ ਸ਼ੋਅ ਵੇਖਾਂਗੇ। ਮੈਂ ਕਿਹਾ ਵੈਰੀ ਨਾਈਸ, ਮੈਨੂੰ ਬਹੁਤ ਖੁਸ਼ੀ ਹੋਈ ਓਨੈਸਟਲੀ ਦੈਟ ਯੂ ਨੋ ਪੀਪਲ ਕੈਨ ਐਕਚੁਅਲੀ ਵਾਚ ਦਿਸ ਐਂਡ ਲਰਨ ਅ ਲਿਟਲ ਬਿਟ। ਯਾਰ ਮੈਂ ਉਹੀ ਪੁੱਛੀ ਸੀ ਕਿ ਇਸ ਮੂਵੀ ਵਿੱਚ ਕੁਛ ਏਦਾਂ ਦਾ ਸਟਰੋਂਗ ਮੈਸੇਜ ਹੈ ਕਿ ਲਾਈਕ ਪੀਪਲ ਕੈਨ ਵਾਚ ਵਿਦ ਦੇਅਰ ਫੈਮਿਲੀਜ਼ ਜਾਂ ਪੇਰੈਂਟਸ ਕੀ? ਪਲੀਜ਼ 100% ਤੁਸੀਂ ਆਪਣੀ ਸਾਰੀ ਫੈਮਿਲੀ ਨਾਲ ਜਾ ਕੇ ਦੇਖ ਸਕਦੇ ਹੋ, ਫੈਮਿਲੀ ਫਿਲਮ ਹੈ। ਆਈ ਐਮ ਵੈਰੀ ਸ਼ੋਰ ਕਿ ਇਹਨਾਂ ਨੇ ਜਦੋਂ ਲਿਖੀ ਹੋਏਗੀ ਇਹ ਸੋਚ ਕੇ ਨਹੀਂ ਲਿਖੀ ਹੋਏਗੀ ਕਿ ਵੀ ਮੈਂ ਆਹ ਚੀਜ਼ ਦੱਸਣੀ ਹੈ, ਸਿਖਾਉਣੀ ਹੈ। ਐਗਜੈਕਟਲੀ ਇਟਸ ਜਸਟ ਅ ਲਵ ਸਟੋਰੀ। ਇਟ ਹੈਪਨਸ ਟੂ ਬੀ ਕਿ ਵੀ ਕੁੜੀ ਮੁਸਲਿਮ ਹੈ, ਮੁੰਡਾ ਪੰਜਾਬੀ ਹੈ, ਅਤੇ ਉਹਨਾਂ ਦੀ ਕਿੰਨੀ ਖੂਬਸੂਰਤੀ ਨਾਲ ਮੁਲਾਕਾਤ ਹੁੰਦੀ ਹੈ ਕਿਵੇਂ, ਅਤੇ ਮਤਲਬ ਉਹਨਾਂ ਇਹਨਾਂ ਨੇ ਤੇ ਕਰੈਕਟ ਮੀ ਇਫ ਆਮ ਰੋਂਗ, ਇਹਨਾਂ ਨੇ ਤੇ ਇੱਕ ਸਟੋਰੀ ਲਿਖੀ, ਸੋ ਉਹ 'ਚੋਂ ਆਪਣੇ ਆਪ ਚੀਜ਼ ਨਿਕਲ ਆਈ, ਸੋ ਵਿਚ ਇਜ਼ ਆਈ ਥਿੰਕ ਗ੍ਰੇਟ ਦੈਨ ਕਿ ਇਹੋ ਜਿਹੀ ਚੀਜ਼ ਦੇ ਲੋਕਾਂ 'ਚ ਪਹੁੰਚੇ ਵੀ। ਸੋ ਹਾਊ ਯੂ ਡਿਫਾਈਨ ਲਵ? ਕਿ ਤਾਂ ਹੁਣ ਮੂਵੀ ਵੀ ਬਣ ਗਈ ਹੈ ਨਾ, ਜੇ ਆਪਾਂ ਲਵ ਦੀ ਗੱਲ ਕਰੀਏ, ਪਹਿਲੇ ਕਹਿੰਦੇ ਕਿ ਵਿਆਹ ਤੋਂ ਪਹਿਲੇ ਸਭ ਕੁਛ ਬੜਾ ਲਵੀ ਡਵੀ ਜਿਹਾ ਹੁੰਦਾ ਹੈ ਨਾ, ਬਟ ਵੈਨ ਯੂ ਆਰ ਮੈਰਿਡ ਆਫਟਰ ਸਮ ਟਾਈਮ ਉਹ ਥੋੜ੍ਹਾ ਨੋਟ ਬੋਰਿੰਗ ਆਫ ਕੋਰਸ, ਬਟ ਟਾਈਮ ਦੇ ਨਾਲ ਨਾ ਥੋੜ੍ਹਾ ਫੇਡ ਹੁੰਦਾ ਜਾਂਦਾ, ਇਜ਼ ਇਟ ਕਰੈਕਟ? ਰੀਇਨਵੈਂਟ ਕਰਦਾ ਰਹੇ ਨਾ ਬੰਦਾ। ਅਮੇਜ਼ਿੰਗ, ਆਈ ਲਾਈਕ ਦ ਵਰਡ ਰੀਇਨਵੈਂਟ। ਯਾ ਤੁਸੀਂ ਕਸ਼ਿਸ਼? ਮੈਨੂੰ ਲਾਈਕ ਹੀ ਸੈਡ, ਮਤਲਬ ਸਾਡੀ ਫਿਲਮ ਦਾ ਇੱਕ ਡਾਇਲੋਗ ਆ, ਮੁੰਡਾ ਪੁੱਛਦਾ ਕੁੜੀ ਨੂੰ ਤੇਰੇ ਲਈ ਪਿਆਰ ਕੀ ਆ, ਕਹਿੰਦੀ ਰੱਬ, ਵਿਚ ਇਜ਼ ਹਿਜ਼ ਨੇਮ ਆਲਸੋ ਐਂਡ ਵਿਚ ਇਜ਼ ਗੋਡ ਆਲਸੋ। ਤਾਂ ਮੇਰੇ ਲਈ ਐਕਚੁਅਲੀ ਮਾਈ ਸੋਰਸ ਆਫ ਲਵ ਇਜ਼, ਮੈਨੂੰ ਲੱਗਦਾ ਰੱਬ ਤੋਂ ਮੇਰਾ ਉਹ ਸੋਰਸ ਹੈ ਪਿਆਰ, ਜਿੱਥੋਂ ਆਉਂਦਾ। ਐਂਡ ਜੇ ਵਿਆਹ ਮੇਰਾ ਵਿਆਹ ਹੋਇਆ ਨਹੀਂ ਤਾਂ ਮੈਨੂੰ ਪਤਾ ਨਹੀਂ ਕਿ ਵਿਆਹ ਤੋਂ ਬਾਅਦ। ਤੁਸੀਂ ਸੁਣਿਆ ਤਾਂ ਹੋਣਾ ਹੀ ਹੈ ਨਾ? ਸੁਣਿਆ, ਅਫਕੋਰਸ ਮੈਂ, ਮੇਰੇ ਜਿੰਨੇ ਫਰੈਂਡਸ ਨੇ ਜੋ ਮੈਰਿਡ ਨੇ ਉਹ ਕਹਿੰਦੇ ਨੇ, ਬਟ ਮੈਨੂੰ ਲੱਗਦਾ ਦੈਟ ਇਫ ਯੂ ਵਾਂਟ, ਜੇ ਤੁਸੀਂ ਚਾਹੋ ਤਾਂ ਤੁਸੀਂ ਪਿਆਰ ਹਮੇਸ਼ਾ ਬਰਕਰਾਰ ਰੱਖ ਸਕਦੇ ਹੋ। ਇਟਸ ਐਨ ਐਫਰਟ, ਪਿਆਰ ਹੋਰ ਕੁਛ ਨਹੀਂ, ਇੱਕ ਅੰਡਰਸਟੈਂਡਿੰਗ ਤਾਂ ਐਫਰਟ ਹੀ ਆ। ਤੁਸੀਂ ਐਫਰਟ ਪਾਉਂਦੇ ਰਹੋਗੇ ਤਾਂ ਕਦੇ ਬੋਰਿੰਗ ਕੁਛ ਨਹੀਂ ਲੱਗੂਗਾ। ਦੈਟਸ ਮੈਂ ਇਹ ਸਟੋਰੀ ਏਦਾਂ ਦੀ ਹੈ ਜੋ ਬਹੁਤ ਹੈ ਨਾ ਯੰਗਸਟਰਸ ਜਾਂ ਜਿਨ੍ਹਾਂ ਦਾ ਵਿਆਹ ਹੋ ਗਿਆ ਉਹ ਵੇਖ, ਸਾਰਿਆਂ ਲਈ ਹੈ ਇਹ ਸਟੋਰੀ। ਐਂਡ ਆਈ ਐਮ ਨਹੀਂ ਵੀ ਹੋਇਆ ਯਾਰ, ਉਹ ਵੀ ਵੇਖ, ਉਹ ਵੀ ਵੇਖ, ਕੰਫਿਊਜ਼ ਜਾਓ ਹੈ ਨਾ, ਉਹਨਾਂ ਦਾ ਹੋ ਜਾਊਗਾ। ਆਈ ਥਿੰਕ ਕਿ ਯੰਗਸਟਰਸ ਹੈ ਨਾ, ਆਪਣੇ ਪੇਰੈਂਟਸ ਨਾਲ ਜਾਓ, ਉਹਨਾਂ ਨੂੰ ਦੱਸੋ ਕਿ ਦੇਖੋ ਹੈ ਨਾ, ਦੇ ਮੈਰਿਟ ਆਪਾਂ ਵੀ ਕਰ ਸਕਦੇ। ਸਹੀ ਗੱਲ ਹੈ, ਫੈਮਿਲੀ ਸਪੋਰਟ ਜ਼ਰੂਰੀ ਹੁੰਦਾ। ਐਬਸੋਲੂਟਲੀ, ਇਹ ਫਿਲਮ ਜੇ ਕੁਛ ਸਿਖਾਏ ਨਾ ਸੀਗਾ, ਮੈਨੂੰ ਪਤਾ ਨਹੀਂ, ਇਟਸ ਐਨ ਐਂਟਰਟੇਨਿੰਗ ਫਿਲਮ, ਇੱਕ ਲਵ ਸਟੋਰੀ ਆ, ਯੂ ਵਿਲ ਫੀਲ ਲਵਡ, ਯੂ ਵਿਲ ਫੀਲ ਦ ਲਵ, ਮਤਲਬ ਜੇ ਤੁਸੀਂ ਜਦੋਂ ਵਿਲ ਪੀਪਲ ਕ੍ਰਾਈ। Absolutely, okay. Absolutely, 100%. And par out of emotion, loki ek cheez zarur sikhange that to never give up, ki apne pyar liye je tusi pyar karde ho tan give up na karo, e zarur vekhne nu milega tonu. Ek hai na give up, to mere dimag ch aaya ki act hai na, je apan gal kariye acting di, har ek banda har cheez di kuch na kuch give up karda hai. Tusi being an actor, acting liye ki give up kita hai? Very fortunately, ਮੈਂ ਨਹੀਂ ਕੁਛ ਗਿਵ ਅਪ ਕੀਤਾ, ਬਿਕੋਜ਼ ਮੇਰੇ ਪੇਰੈਂਟਸ ਦੀ ਸਪੋਰਟ ਸੀਗੀ ਕਿ ਮੈਂ ਜੋ ਵੀ ਕਰਨਾ ਚਾਹਿਆ ਉਹਨਾਂ ਨੇ ਸਪੋਰਟ ਕੀਤਾ। ਉਹਨਾਂ ਦੀ ਇੱਕੋ ਰਿਕੁਆਇਰਮੈਂਟ ਸੀਗੀ, 100% ਐਫਰਟ ਦੇਈ, ਜੇ ਆਹ ਕਰਨਾ ਫਿਰ 100% ਇਹ ਇਨਵੋਲਵ ਹੋ ਜਾਈ। ਸੋ ਸੱਚ ਆਮ ਵੈਰੀ ਲੱਕੀ ਦਿਸ ਵੇ ਕਿ ਮੈਨੂੰ ਨਹੀਂ ਕੁਛ ਗਿਵ ਅਪ ਕਰਨਾ ਪਿਆ ਇਸ ਫੀਲਡ 'ਚ ਆਉਣ ਲਈ। ਤੁਹਾਨੂੰ ਹਰਡਲਸ ਬਾਰੇ ਦੱਸਿਆ ਗਿਆ, ਲਾਈਕ ਤੁਸੀਂ ਕਿਹਾ ਨਾ ਕਿ ਪੇਰੈਂਟਸ ਨੇ ਕਿਹਾ ਕਿ ਗਿਵ ਅਪ ਨਹੀਂ ਕਰਨਾ, ਉਹਨਾਂ ਨੇ ਹਰਡਲਸ ਬਾਰੇ ਦੱਸਿਆ ਕਿ ਇਸ ਫੀਲਡ 'ਚ ਹਰਡਲਸ ਵੀ ਆਏਗੀਆਂ? ਉਹ ਤਾਂ ਸਰ ਹੁਣ ਹਰ ਫੀਲਡ 'ਚ ਹੀ ਹੈ ਵੈਸੇ, ਟੂ ਬੀ ਓਨੈਸਟ। ਤੁਸੀਂ ਕਿਤੇ ਵੀ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ, ਉਹ ਆਉਣਗੇ ਹੀ ਆਉਣਗੇ, ਉਹ ਪਾਰਟ ਐਂਡ ਪਾਰਸਲ ਹੈ। ਬਟ ਤੁਸੀਂ ਜੇ ਤੁਸੀਂ ਫੋਕਸਡ ਹੋ ਆਪਣੇ ਕਰੀਅਰ ਨੂੰ ਲੈ ਕੇ ਤੇ ਹੋਰ ਕੁਛ ਦਿਖੇ ਨਾ, ਫਿਰ ਉਹ ਹਰਡਲਸ ਵੀ ਨਹੀਂ ਦਿਖਦੇ। ਬਟ ਜੇ ਆਪਾਂ ਬਡਿੰਗ ਐਕਟਰਸ ਨੂੰ ਕੁਝ ਦੱਸਣਾ ਹੈ ਕਿ ਹਨਾ, ਤੁਹਾਡੀ ਐਕਸਪੀਰੀਅੰਸ ਕੀ ਸੀ? ਇਹ ਮੈਂ ਇਹ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਵੀ ਜਿਹੜੇ ਹੁਣ ਸਟਾਰਟ ਕਰ ਰਹੇ ਹੈ, ਇੱਕ ਕਈ ਕਈ ਮੂਮੈਂਟਸ ਆਉਂਦੇ ਆ ਜਿਹ 'ਚ ਲੱਗਦਾ ਕਿ ਯਾਰ ਕਿ ਛੱਡ ਦਈਏ ਜਾਂ ਨਹੀਂ ਆਉਣਾ, ਕਿ ਵੀ ਬੜੇ ਲੋਕ ਆਉਂਦੇ ਆ, ਬਟ ਇਹ ਹੈ ਕਿ ਵੀ ਕਈ ਨਿਕਲਦੇ ਵੀ ਹੈ। ਸੋ ਆਹ ਸੋਚ ਕੇ ਤੁਸੀਂ ਜੇ ਆਹ ਸੋਚੋਗੇ ਕਿ ਵੀ ਅਸੀਂ ਵੀ ਉਹਨਾਂ 'ਚੋਂ ਹੋ ਸਕਦੇ ਹਾਂ, ਤੇ ਇਸ ਸੋਚ ਨਾਲ ਤੁਰੋ। ਇੱਦਾਂ ਨਹੀਂ ਕਿ ਵੀ ਹੋਰ ਕਿਸ ਨੂੰ ਦੇਖ ਦੇਖ ਕੇ ਜਾਂ ਮਾੜਾ ਜਿਹਾ ਵੀ ਕਦੇ ਲੈਟਡਾਊਨ ਹੁੰਦਾ, ਉਹ ਦਿਨ ਆਉਂਦੇ ਆ। ਹੁਣ ਸਚਿਨ ਹਰ ਵਾਰੀ ਤਾਂ ਨਹੀਂ 100 ਕਰਦਾ ਸੀ, ਸੋ ਹਰ ਕਿਸੇ ਦਾ ਦਿਨ ਆਉਂਦਾ ਹੈ। ਜਿਹਨੇ ਆਪਣੇ ਟੈਲੈਂਟ 'ਤੇ ਭਰੋਸਾ ਰੱਖੋ,
that's about it. Amazing. And je kashish aap gal kari, you are writer hai na, actress too. Ek common cheez jo in dono professions which hai, writing te acting, emotion, feel. Okay. Tusi feeling to bagair na likh sakde ho na act kar sakde ho. Ek hi cheez hai ki hai na, sorry ki as an actor tuhanu keha janda hai ki tusi ye tuhanu character hai aur tusi feel karna hai, but writer no ek kya nahi ja sakda hai na ki tusi feel karke likhna hai. मैनू लगता है मेरा पर्सनल फेवरेट आउटफिट साड़ी है. ओके, बिकॉज मैं अपने मॉम नू साड़ीज पाउंदे वेख्या, शी लुक्स एब्सोल्युटली स्टनिंग. तो उन्हां तो बाद मैनू लग्गिया सी तुहाडी सारी साड़ियां मेरियां हुण मेरियां हो गईआं, ते साड़ी एनी डे साड़ी अमेजिंग. थोड़ी टर्न इधर चले आ. नहीं आप मैं तो बिना करे कोई भी कट ला जी. किस्मत चंगी हुई ग्रीन. ओके, ब्लू. वाओ, ही इज अ प्रो. इधर खेड़ दे रही था. वेरी नाइस क्वेश्चन. इज इट ओके टू स्टे फ्रेंड्स विद योर एक्स? ये बड़ा ट्विस्टेड जा है. इट डिपेंड करता है. हुन पता नहीं यार इन्नू कभी सोचा नहीं इस बारे. मैं अपना सोचने लग गया ना. नहीं इतना नहीं है. हाँ हो सकते हैं तुम फ्रेंड्स हो सकते हैं, बट देन ऑब्वियसली थोनू एक क्योंकि तुसी जो तुसी रिलेशनशिप होने हो तुसी फ्रेंड्स तो ज़्यादा होने हो, राइट? सो जो तुसी उन्हों डिफाइन किन्ना थोड़ी प्रायोरिटी की है, इतने गल आती है. पर वो भी म्यूचुअली होना चाहिए, रिस्पैक्ट होनी चाहिए. जे तुसी जे म्यूचुअली तुसी अगे वधे हो लाइफ, थोड़ा नहीं सीगा कट्ठियां दा साथ, है ना? तो जे दोवें उस चीज़ की रिस्पैक्ट करते हो तो ही कितना कितने एक फ्रेंडशिप में मैं कहूँगा रिस्पैक्ट, रादर दैन कि तुम कॉफिया तो रोज़ जा रहे हो. इन्ना एक रिस्पैक्ट होनी चाहिए है, एंड विच इज़ वेरी इंपॉर्टेंट. भावें थोड़ी एक्स हो जो मर्जी हो, रिस्पैक्ट नहीं जानी चाहिए. तो यहाँ यह जो काम करो ना कि रिस्पैक्ट चल जाए. बट मैं उन्हें फ्रेंडशिप मानता. सो इट्स ओके टू बी फ्रेंड्स. या अमेजिंग, मैंने गल करके है ना बहुत मजा आया, एंड आई एम वेरी क्यूरियस फॉर द मूवी, फॉर द लव स्टोरी. So once again, congratulations. Thank you very much. Before you wrap up, इन्हें ना को एक करी और करें ना डिगन तो से. Done. चलो ठीक है, done. थोड़ी टाइम. जिन्हार डिग गया फिर. तो फिर मैं कर लूँगा और किसे. ये तो. ये तो. ओला. थल्लो कर. चले तो चले. जान के ना नहीं कह रहा. ये ही मैं चांदा सिगा थोड़ा रैप अप इतना हो गये. Okay, वैसे क्वेश्चन की सी. सुपर पावर यू वांट. Okay. माइंड रीडिंग. वेरी नाइस. सुपर पावर. मैं सामने वाले दिमाग च की चल रहा है. बट इफ इट है ना स्टोरीज भी लिख सकते तुसी. मैं एवी बनदी हां सुपर पावर इतको आ गई उत्तो है. एवी बनदी है ना स्टोरीज. इन्हें कोई लिखे हो वे स्टोरी, कोई एक्टर अगे परफॉर्म कर लगे ने मन पड़ गया ओ इदा नहीं करना जेवे तू सोच रहे. बट है ना ए सुपर पावर है ना सारे नु चाहिए है, बट सम सही गल. चलो ठीक है, बट बढ़िया नहीं है किसी को है ना. फिर तो सारा इदा रब दी मेहर, प्लीज पूरी फैमिली नाल जायो. थैंक यू सो मच. थैंक यू गाइस.